ਹਾਂਜੀ ਵੀ ਦੋਸਤੋ ਕੀ ਹਾਲ ਚਾਲ ਨੇ ਉਮੀਦਾ ਸਾਰੇ ਵਧੀਆ ਹੋਣਗੇ ਤੇ ਅੱਜ ਮੈਂ ਪਹੁੰਚਿਆ ਹੋਇਆ ਕਲਸੀ ਬਾਈ ਹੋਣਾ ਕੋਲੇ ਜਿਹੜੇ ਕਿ ਇੱਕ ਬੁਲਟਾਂ ਦੇ ਬੜੇ ਸਪੈਸ਼ਲਿਸਟ ਨੇ ਤੇ ਤੁਹਾਡੀ ਵੀ ਡਿਮਾਂਡ ਰਹਿੰਦੀ ਆ ਬੁਲਟਾਂ ਦੇ ਜਿਹੜੇ ਸ਼ਕੀਨ ਨੇ ਬੰਦੇ ਤੇ ਪਹਿਲਾਂ ਤੇ ਮੈਂ ਤੁਹਾਨੂੰ ਸਰ ਨਾਲ ਬੁਲਾਉਣਾ ਸਰ ਕੀ ਹਾਲ ਚਾਲ ਨੇ ਵਧੀਆ ਹੀ ਸਾਹਿਬ ਜੀ ਸਰ ਮੇਰੇ ਜਿਹੜੇ ਵਿਊਅਰ ਆ ਤੁਸੀਂ ਉਹਨਾਂ ਨੂੰ ਆਪਣੇ ਬਾਰੇ ਦੱਸ ਦਿਓ ਕਿ ਤੁਸੀਂ ਕੀ ਕੰਮ ਕਰਦੇ ਹੋ ਤੇ ਕਿਵੇਂ ਕਿਵੇਂ ਆ ਮੇਰਾ ਨਾਮ ਕਵਲਜੀਤ ਸਿੰਘ ਆ ਜੀ ਮੇਰੀ ਸ਼ਾਪ ਹੈਗੀ ਆ ਗੋਇੰਦਵਾਲ ਰੋਡ ਤਰਨਤਾਰਨ ਤੇ ਮੈਂ ਬੁਲਟ ਦਾ ਕੰਮ ਕਰਦਾ ਜੀ ਬੁਲਟ ਮੋਡੀਫਾਈ ਰਿਪੇਅਰ ਆਲ ਓਵਰ ਸਾਰਾ ਕੁਝ ਜੀ ਆਪਾਂ ਰੀਸਟੋਰ ਵੀ ਕਰਦੇ ਆ ਸਾਰਾ ਹਾਂਜੀ ਸਰ ਰੀਸਟੋਰ ਵੀ ਕਰਦੇ ਆ ਸਾਰਾ ਕਰਦੇ ਹਾਂ ਜੀ ਹਾਂ ਜੀ ਬਾਕੀ ਇਹ ਵਲੌਗ ਸਾਰਾ ਅੱਜ ਬੁਲਟਾਂ ਰਿਲੇਟਡ ਹੀ ਹੋਣ ਵਾਲਾ ਜਿਹੜੇ ਕਿ ਬੁਲਟ ਲਵਰ ਨੇ ਉਹ ਸਾਰੇ ਦੇਖ ਸਕਦੇ ਨੇ ਬਾਕੀ ਤੁਸੀਂ ਬਾਈ ਨੂੰ ਕੰਟੈਕਟ ਕਰਨਾ ਹੋਵੇ ਬਾਈ ਨੂੰ ਕੋਈ ਆਰਡਰ ਦੇਣਾ ਕੋਈ ਬੁਲਟ ਤਿਆਰ ਕਰਾਉਣਾ ਕਿਸੇ ਨੇ ਕੁਝ ਵੀ ਕਰਾਉਣਾ ਹੋਵੇ ਨੰਬਰ ਥੱਲੇ ਸਕਰੀਨ ਤੇ ਚੱਲ ਰਹੇ ਹੋਣਗੇ ਤੁਸੀਂ ਬਾਈ ਨੂੰ ਕਾਲ ਕਰ ਸਕਦੇ ਹੋ ਬਾਕੀ ਇੰਸਟਾਗ੍ਰam YouTube Facebook ਤੇ ਵੀ ਬਾਈ ਹੁਣੀ ਅਵੇਲੇਬਲ ਆ ਡੇਲੀ ਅਪਡੇਟਸ ਲਈ ਤੁਸੀਂ ਉੱਥੇ ਵੀ ਉਹਨੂੰ ਫੋਲੋ ਕਰ ਸਕਦੇ ਹੋ ਤੇ ਆਪਾਂ ਬਾਈ ਪਹਿਲਾਂ ਆਪਾਂ ਵਿਊਅਰਸ ਨੂੰ ਦਿਖਾਈਏ ਵੀ ਆਪਾਂ ਕੀ ਤਿਆਰ ਕੀਤਾ ਹੋਇਆ ਫਿਰ ਬਾਈ ਹੁਣਾਂ ਨੇ ਆ ਜਾ ਕੇ ਬੜਾ ਵਧੀਆ ਸੀ ਤੁਹਾਡੇ ਲਈ ਸੈਟਅਪ ਲਾਇਆ ਪ੍ਰੋਪਰ ਤੁਹਾਨੂੰ ਬੁਲਟ ਦੇ ਇਕੱਲੇ ਇਕੱਲੇ ਪਾਰਟ ਬਾਰੇ ਵੀ ਦੱਸਾਂਗੇ ਵੀ ਕਿਹੜਾ ਕਿਵੇਂ ਹੁੰਦਾ ਸਾਰਾ ਕੁਝ ਇਹਨਾਂ ਕੋਲ ਇੱਥੇ ਅਵੇਲੇਬਲ ਹੈ ਆਓ ਕਰਦੇ ਆ ਸ਼ੁਰੂ ਤੇ ਦੋਸਤੋ ਹੁਣ ਕਰਦੇ ਆ ਵੀਡੀਓ ਸ਼ੁਰੂ ਦਿਖਾਉਂਦੇ ਆ ਸਰੋਂ ਦੀ ਮੋਟਰਸਾਈਕਲ ਸੇਲ ਵੀ ਕਰਦੇ ਆ ਤੇ ਸਰ ਦੱਸੋ ਵਿਊਅਰਸ ਨੂੰ ਕਿਵੇਂ ਕਿਵੇਂ ਆ ਤੇ ਕੀ ਕੀ ਹੈਗਾ ਸਰ ਸਾਡੇ ਕੋਲ ਕੋਈ 10-15 ਬੁਲਟ ਅਵੇਲੇਬਲ ਹੈਗੇ ਆ ਕੋਈ 9 ਮਾਡਲ ਆ ਕੋਈ 10 ਮਾਡਲ ਆ ਕੋਈ 5 ਮਾਡਲ ਆ ਜੀ ਠੀਕ ਹੈ ਅਸੀਂ ਇਹ ਬੁਲਟ ਮੋਡੀਫਾਈ ਕਰਦੇ ਆ ਰਿਪੇਅਰ ਕਰਦੇ ਆ ਜਿੱਦਾਂ ਦਾ ਵੀ ਕੋਈ ਸਾਨੂੰ ਕਵੇ ਵੀ ਐਦਾਂ ਦੀ ਡਾਇਰੈਕਸ਼ਨ ਕਰਨੀ ਅਸੀਂ ਉਹੀ ਕਰਦਾਂਗੇ ਸਰ ਇਹ 1996 ਮਾਡਲ ਜਾਮਾ ਹੈਗਾ ਜੀ ਇਹ ਮੇਰੇ ਫਰੈਂਡ ਦਾ ਇਹ ਸਰ ਮਤਲਬ ਕਿ ਮੋਡੀਫਾਈ ਕੀਤਾ ਇਹਨੂੰ ਪ੍ਰੋਪਰ ਠੀਕ ਅਗਲੇ ਬੰਦੇ ਇਹ 2002 ਮਾਡਲ ਹੈ ਜੀ ਠੀਕ ਹੈ ਇਹਨੂੰ ਮੋਡੀਫਾਈ ਕਰਨਾ ਹਾਰਲੇ ਦੀ ਲੁੱਕ ਦੇਣੀ ਹੈ ਸਾਰਿਆਂ ਨੂੰ ਹਾਂਜੀ ਅਗਲੇ ਬੰਦੇ ਆ ਗਿਆ ਜੀ 2010 ਮਾਡਲ 0013 ਨੰਬਰ ਆ ਵੀਆਈਪੀ ਨੰਬਰ ਆ ਜੀ ਇਹਨੂੰ ਆਪਾਂ ਮੋਡੀਫਾਈ ਕਰਕੇ ਸੇਲ ਕਰਾਂਗੇ ਭਾਜੀ ਸਰ ਇਹਦੀ ਕਿੰਨੀ ਕੁ ਆਈਡੀਆ ਪ੍ਰਾਈਸ ਕਿੰਨੀ ਕੁ ਹੁੰਦੀ ਹੈ ਆਈਡੀਆ ਭਾਜੀ ਇਹਦਾ ਕੋਈ 1780 ਦੇ ਸਰ ਇਹ ਕਿਹੜਾ ਮਾਡਲ ਆ ਤੇ ਕਿੰਨੇ ਕੁ ਦਾ ਸਰ 2010 ਮਾਡਲ ਆ ਜੀ ਠੀਕ ਹੈ ਹਾਂਜੀ ਇਹ ਤਰਨਤਾਰਨ ਦਾ ਨੰਬਰ ਆ ਇਹ ਭਾਜੀ ਤਿਆਰ ਕਰਕੇ ਕੋਈ 1,80,000 ਰੁਪਇਆ ਦਵਾਂਗੇ ਭਾਜੀ ਹਾਂਜੀ ਭਾਜੀ ਇਹ 2005 ਮਾਡਲ ਆ ਜੀ ਨੰਬਰ ਇਹਦਾ 7600 ਆ ਜੀ ਇਹ ਆਪਾਂ 1,10,000 ਰੁਪਏ ਦਾ ਦਵਾਂਗੇ ਤਿਆਰ ਕਰਕੇ ਭਾਜੀ ਇਹ ਸਰ 2009 ਮਾਡਲ ਆ ਨੰਬਰ ਇਹਦਾ 0111 ਆ ਜੀ ਇਹ 1,60,000 ਰੁਪਏ ਦਾ ਦਵਾਂਗੇ ਤਿਆਰ ਕਰਕੇ ਇਹ ਸਰ 2007 ਮਾਡਲ ਆ 0500 ਨੰਬਰ ਇਹਦਾ ਜੀ ਇਹ ਤਿਆਰ ਕਰਕੇ ਪੈਣਾ 1,10,000 ਇਹ ਸਰ 2003 ਮਾਡਲ ਆ ਜੀ ਇਹਦੀ RC25 ਤੱਕ ਵੈਲਿਡ ਆ ਜੀ 2025 ਤੱਕ ਇਹਦਾ ਨੰਬਰ ਹੈਗਾ 9001 ਜੀ ਇਹ ਆਪਾਂ ਦਵਾਂਗੇ 1,00,000 ਰੁਪਏ ਦਾ ਸਰ ਨੈਕਸਟ ਇਹ ਜੀ ਆਪਣਾ ਪਰਸਨਲ ਮੋਟਰਸਾਈਕਲ ਆ ਜੀ 2004 ਮਾਡਲ ਇਹ ਆਪਣਾ ਪਰਸਨਲ ਰੱਖਿਆ ਹੋਇਆ ਭਾਜੀ ਇਹ ਬਾਈ ਹੁਣਾਂ ਨੇ ਇਹਦੀ ਸੀਟ ਵਗੈਰਾ ਕਾਫੀ ਕਸਟਮ ਕੀਤੀ ਹੋਈ ਹੈ ਇਹ ਮੀਟਰ ਇਹਨੂੰ ਇੱਕ ਮੀਟਰ ਡਿਜੀਟਲ ਲਾਇਆ ਸਰ ਅੱਛਾ ਮੀਟਰ ਚੈੱਕ ਕਰੋ ਜੀ ਡਿਜੀਟਲ ਮੀਟਰ ਡਿਜੀਟਲ ਮੀਟਰ ਲੱਗਾ ਸਰ ਰਾਤ ਨੂੰ ਬਹੁਤ ਵਧੀਆ ਦੀ ਲੁੱਕ ਬਣਦੀ ਹੈ ਜੀ ਪੂਰਾ ਵਰਕ ਵਧੀਆ ਕਰਦਾ ਮੀਟਰ ਸਾਰੇ ਠੀਕ ਹੈ ਸਰ ਇਹ ਸਰ 2010 ਮਾਡਲ ਆ ਜੀ ਇਹ 1,70,000 ਦਾ ਦਵਾਂਗੇ ਮੋਟਰ ਪੂਰਾ ਓਕੇ ਆ ਜੀ ਇਹ ਸਰ 2009 ਮਾਡਲ ਆ ਜੀ ਇਹ ਬਣੂਗਾ 1,60,000 ਰੁਪਏ ਦਾ ਸਰ ਪੂਰਾ ਓਕੇ ਆ ਜੀ ਕੋਈ ਕੰਮ ਨਹੀਂ ਇਹਦਾ ਸਰ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਲਾਈਕ ਇਹ ਬਣੂਗਾ ਤਿਆਰ ਹੋ ਕੇ ਹੋਊਗਾ ਮਤਲਬ ਰੈਡੀ ਕਰਨ ਵਾਲੇ ਨੇ ਅਜੇ ਨਹੀਂ ਕਈ ਇਹਨਾਂ ਦੇ ਵਿੱਚ ਰੈਡੀ ਹੋਏ ਆ ਜਿੱਦਾਂ ਮੰਨ ਲਓ ਕਹ ਲਓ ਵੀ ਕਈ ਮੋਟਰਸਾਈਕਲ ਓਰੀਜਨਲ ਹੁੰਦੇ ਆ ਉਹਨਾਂ ਦਾ ਕੋਈ ਜ਼ਿਆਦਾ ਨਹੀਂ ਮਤਲਬ ਕਿ ਪੇਂਟ ਜੋਬ ਨਹੀਂ ਨਿਕਲਦੀ ਉਹਨਾਂ ਦੀ ਪੂਰਾ ਓਕੇ ਮੋਟਰਸਾਈਕਲ ਆ ਕਈ ਜਿਹੜੇ ਤਿਆਰ ਕਰਕੇ ਦੇਣੇ ਆ ਸਰ ਜਿੱਦਾਂ ਕੋਈ ਕਸਟਮਰ ਲੈ ਆਉਂਦਾ ਵੀ ਬੁਲਟ ਇਹ ਤਿਆਰ ਕਰਨਾ ਵਾ ਮਾਡਲ ਦੇ ਹਿਸਾਬ ਨਾਲ ਤਿਆਰ ਹੁੰਦਾ ਜੇ ਕੋਈ 80 ਮਾਡਲ ਆ ਉਹਦੇ ਉੱਤੇ 70-80,000 ਦਾ ਐਸਟੀਮੇਟ ਲੱਗ ਜਾਂਦਾ ਹਾਂਜੀ ਤੇ ਜਿੱਦਾਂ ਆਮ ਕੋਈ ਉੱਚਾ ਮਾਡਲ ਕੋਈ ਲੈ ਆਉਂਦਾ 6-7 ਮਾਡਲ ਉਹਦੇ ਉੱਤੇ ਸਰ 40-50,000 ਦਾ ਖਰਚਾ ਵਿਦ ਟਾਇਰ ਵੀਲ ਪਾ ਕੇ ਅੰਦਾਜ਼ਾ ਲਾ ਹਾਂਜੀ ਹਾਂਜੀ ਸਰ ਇੱਧਰ ਜਿਹੜੇ ਪਏ ਨੇ ਤੁਹਾਡੇ ਕੋਲੇ ਸਾਰੇ ਮਤਲਬ ਕਿ ਰਿਪੇਅਰ ਵਾਲੇ ਆ ਸਰ ਮੋਟਰਸਾਈਕਲ ਇਹ ਸਾਰੇ ਰਿਪੇਅਰ ਵਾਲੇ ਹਾਂਜੀ ਇਹ ਰਿਪੇਅਰ ਵਾਲੇ ਆ ਭਾਈ ਸਾਰੇ ਠੀਕ ਹੈ ਚਲੋ ਆਓ ਤੁਹਾਨੂੰ ਬਾਈ ਦੀ ਹੁਣ ਵਰਕਸ਼ਾਪ ਵੀ ਦਿਖਾਉਂਦੇ ਆ ਤੇ ਵੈਸੇ ਬਾਈ ਹੁਣਾਂ ਦੀ ਸਾਰੀ ਸਾਰੀ ਵਰਕਸ਼ਾਪ ਦੇ ਬੁਲਟ ਤੁਸੀਂ ਦੇਖ ਸਕਦੇ ਹੋ ਕਲਾਰਾ ਪਿਆ ਹੀ ਹੁੰਦਾ ਇਹਦੇ ਕੋਈ ਨਾ ਉਹ ਕੰਮ ਚੱਲਦਾ ਰਹਿੰਦਾ ਇਹ ਮਿਸਨਾ ਮੋਟਰਸਾਈਕਲ ਇਹਨਾਂ ਨੇ ਪੇਂਟ ਵਗੈਰਾ ਕੀਤਾ ਹੈ ਬਾਈ ਇਹਦਾ ਕੰਮ ਕਰੀ ਜਾਂਦੇ ਆ ਇਧਰ ਇਹਨਾਂ ਦਾ ਵੀ ਲੱਗਿਆ ਨੇ ਮਤਲਬ ਇੰਜਨਾਂ ਤੱਕ ਦਾ ਬਾਈ ਕੰਮ ਕਰਦੇ ਸਾਰਾ ਸਾਰਾ ਪਰ ਇਹ ਬੁਲਟ ਹੈਗਾ 2007 ਮਾਡਲ ਇਹ ਤਿਆਰ ਹੋ ਰਿਹਾ ਸਰ ਕੰਪਲੀਟ ਤਿਆਰ ਕਰਕੇ ਇਹ ਆਪਾਂ ਮਤਲਬ ਕਿ ਸੇਲ ਕਰ ਦਿੱਤਾ ਹੈਗਾ ਇਹ ਬੁਲਟ ਤੇ ਸਾਰਾ ਤੁਸੀਂ ਤਿਆਰ ਕਰ ਰਹੇ ਹੋ ਜੀ ਸਾਰਾ ਤਿਆਰ ਕਰਾਂਗੇ ਪੂਰਾ ਓਕੇ ਕਰਕੇ ਸੀਟ ਵਗੈਰਾ ਰਹਿ ਗਈ ਰੱਖਣ ਵਾਲੀ ਬਾਕੀ ਓਕੇ ਆ ਜੀ ਤੇ ਸਰ ਇਹ ਕਿਹੜਾ ਮਾਡਲ ਆ ਵੈਸੇ ਇਹ ਸਰ 2007 ਮਾਡਲ ਇਹ ਸੇਲ ਆਊਟ ਕਰਦਾ ਸਰ ਕਿੰਨੇ ਕਿਦਾ ਵਿਕ ਜਾਂਦਾ ਵੈਸੇ ਇਹ ਆਪਾਂ 1,60,000 ਦਾ ਦਿੱਤਾ ਸਰ ਵਿਦ ਪੇਪਰ ਹਾਂਜੀ ਪੇਪਰ ਆਰਸੀ ਇੰਸ਼ੋਰੈਂਸ ਸਾਰੇ ਪ੍ਰੂਫ ਓਕੇ ਡਨ ਕਰ ਸਾਰੇ ਦਾ ਹਾਂਜੀ ਹਾਂਜੀ ਸਰ ਠੀਕ ਹੈ ਉਸ ਤੋਂ ਬਾਅਦ ਸਰ ਇਹ ਆ ਇਹ ਵੀ ਤਿਆਰ ਕਰ ਰਹੇ ਹੋ ਜੀ ਇਹ ਹੈਗਾ 2012 ਮਾਡਲ ਆ ਜੀ ਠੀਕ ਹੈ ਜੀ 2012 ਮਾਡਲ ਆ ਇਹ 2012 ਮਾਡਲ ਆ ਜੀ ਇਹ ਆਪਣੇ ਵੀਰ ਅਜਨਾਲੇ ਤੋਂ ਆਏ ਆ ਜੀ ਸਪੈਸ਼ਲ ਤਿਆਰ ਕਰਾਉਣ ਤੇ ਆ ਵੀਰ ਮਗਰ ਖੜੇ ਆ ਜੀ ਆ ਵੀਰ ਆਏ ਆਪਣੇ
ਬਾਈ ਜੀ ਕੀ ਕਰਾ ਰਹੇ ਹੋ ਮੋਟਰਸਾਈਕਲ ਫੇਰ ਪੂਰਾ ਮੋਡੀਫਾਈ ਕਰਾਇਆ ਜੀ ਸਾਰਾ ਕੀ ਮੋਡੀਫਾਈ ਕਰਾਇਆ ਇਹਦੇ ਚ ਕਲਰ ਕਰਾਇਆ ਆ ਸਾਰਾ ਕੰਮ ਕਰਾਇਆ ਇੰਜਨ ਦਾ ਅੱਛਾ ਇੰਜਨ ਦਾ ਸਾਰਾ ਕੰਮ ਪ੍ਰੋਬਲਮ ਵੀ ਸੀਗੀ ਮੋਟਰਸਾਈਕਲ ਚ ਹਾਂਜੀ ਇੰਜਨ ਸੀਜ਼ ਹੋ ਗਿਆ ਇੰਜਨ ਸੀਜ਼ ਹੋ ਗਿਆ ਤੇ ਬਾਈ ਕਿੰਨੇ ਦਿਨਾਂ ਚ ਇੰਜਨ ਵੈਸੇ ਕਿਸੇ ਦਾ ਬੰਨ ਦਿੰਨੇ ਹੋ ਭਾਜੀ ਇੰਜਨ ਤੇ 2 ਘੰਟੇ ਚ ਬੰਨਿਆ ਜਾਂਦਾ ਜੀ ਅੱਛਾ ਪੂਰਾ ਕੰਪਲੀਟ ਮੇਰੇ ਲਾਗੇ ਸਮਾਨ ਪਿਆ ਹੋਵੇ ਤੇ ਘੰਟੇ ਡੇਢ ਘੰਟੇ ਦੇ ਵਿੱਚ ਪੂਰਾ ਇੰਜਨ ਕੰਪਲੀਟ ਕਰ ਦਾਂਗੇ ਇਹ ਬੜਾ ਮੈਨੂੰ ਸ਼ੌਕਿੰਗ ਲੱਗਿਆ ਵੈਸੇ ਸੁਣ ਕੇ 2 ਘੰਟੇ ਚ ਇੰਜਨ ਬਾਈ ਬੰਨ ਇੰਜਨ ਜਿਹੜਾ ਕੰਮ ਹੈ ਮੰਨ ਲਓ ਜਿੱਦਾਂ ਅੱਜ ਆਇਆ ਜੀ ਮੰਨ ਲਓ ਅੱਜ ਕੱਲ ਤੱਕ ਹੀ ਸਮਾਨ ਰੈਡੀ ਕਰਾ ਕੇ ਰੱਖ ਲਿਆ 2 ਘੰਟਿਆਂ ਦੇ ਵਿੱਚ ਮੋਟਰ 2-3 ਦਿਨ ਦੇ ਵਿੱਚ ਮੋਟਰ ਦੇ ਦੇਈਦਾ ਭਾਜੀ ਬਈ ਵੇਸਟ ਮਟੀਰੀਅਲ ਨੂੰ ਕਿਵੇਂ ਯੂਜ਼ ਕੀਤਾ ਜਾ ਸਕਦਾ ਇਹਨਾਂ ਨੇ ਇੱਥੇ ਸ਼ੋਅ ਕੀਤਾ ਹੋਇਆ ਕਿ ਜਿਹੜੀਆਂ ਇਹਨਾਂ ਕੋਲ ਬੋਟਲਸ ਖਾਲੀ ਹੋ ਜਾਂਦੀਆਂ ਸੀ ਤੇਲ ਵਾਲੀਆਂ ਬਾਈ ਨੇ ਉਹਦਾ ਵਾਟਰਫਾਲ ਇੱਥੇ ਬਣਾਤਾ ਹੈ ਮਤਲਬ ਝਰਨਾ ਹੀ ਇਹਨੂੰ ਆਪਾਂ ਕਹਿ ਸਕਦੇ ਹਾਂ ਪ੍ਰੋਪਰ ਇਹ ਸਾਰੀਆਂ ਬੋਤਲਾਂ ਬਾਈ ਨੇ ਟੰਗ ਕੇ ਤੇ ਇੱਥੇ ਇਹਨਾਂ ਨੇ ਇਹਨੂੰ ਬੜਾ ਵਧੀਆ ਯੂਜ਼ ਕੀਤਾ ਹੋਇਆ ਵੈਸੇ ਸਰ ਇਹ ਵੀ ਤਿਆਰ ਕਰ ਰਹੇ ਹੋ ਹਾਂਜੀ ਇਹ ਵੀਰ ਜੀ 2007 ਮਾਡਲ ਹੈ ਜੀ ਠੀਕ ਹੈ ਜੀ ਤੇ ਇਹ ਵੀਰ ਆਸਟ੍ਰੇਲੀਆ ਜੀ ਵੀਰੇ ਆਸਟ੍ਰੇਲੀਆ ਹਾਂਜੀ ਆਸਟ੍ਰੇਲੀਆ ਦਾ ਉਹਨਾਂ ਦੇ ਫਾਦਰ ਸਾਹਿਬ ਮੇਰੇ ਕੋਲ ਛੱਡਣ ਆਏ ਵੀ ਇਹਨੂੰ ਰੈਡੀ ਕਰ ਦੋ ਪੂਰਾ ਮੋਟਰਸਲ ਇਹ ਹੁਣ ਕੰਪਲੀਟ ਕਰਤਾ 2-3 ਦਿਨ ਦੇ ਵਿੱਚ ਵੀ ਇਹਦਾ ਕੀ ਕੀਤਾ ਤੁਸੀਂ ਇਹਦਾ ਭਾਜੀ ਪੇਂਟ ਕੀਤਾ ਸਾਰਾ ਮੈਟ ਬਲੈਕ ਚੱਲ ਪਏ ਨੇ ਕੁਛ ਚੱਲ ਗਿਆ ਕੁਛ ਟੈਗ ਜਿਹੜੇ ਕਸਟਮ ਹੁੰਦੇ ਨੇ ਉਹ ਵੀ ਕਰ ਦਿੰਦੇ ਹੋ ਸਾਰੇ ਜਿੱਦਾਂ ਦਾ ਕੋਈ ਸਾਨੂੰ ਫੋਟੋ ਵਿਖਾਊਗਾ ਏਦਾਂ ਦੀ ਚੀਜ਼ ਤਿਆਰ ਕਰਨੀ ਸਰ ਉਹ ਅਸੀਂ ਕੰਪਲੀਟ ਕਰਕੇ ਦਵਾਂਗੇ ਪਿੱਛੇ ਸਰ ਇੰਜਨ ਪਏ ਸਾਰੇ ਇਹ ਸਰ ਸਾਰੇ ਪੇਂਟ ਤੇ ਖੁੱਲੇ ਆ ਜੀ ਮੋਟਰਸਾਈਕਲ ਅੱਛਾ ਪੇਂਟ ਵਾਲੇ ਖੁੱਲੇ ਹੋਏ ਨੇ ਹਾਂਜੀ ਹਾਂਜੀ ਇਹਨੂੰ ਕ੍ਰੋਮ ਵਰਕ ਵੀ ਤੁਸੀਂ ਕਰਕੇ ਦਿੰਦੇ ਹੋ ਕ੍ਰੋਮ ਹਾਂਜੀ ਇਹਨੂੰ ਸਰ ਨਿਕਲ ਕਰੀਦਾ ਨਿਕਲ ਸਾਰੇ ਅੱਛਾ ਹਾਂਜੀ ਇਹਨੂੰ ਨਿਕਲ ਕਰਾਂਗੇ ਆ ਮਸ਼ੀਨ ਲੱਗੀ ਬਫ ਵਾਲੀ ਠੀਕ ਹੈ ਤੇ ਨਿਕਲ ਵੀ ਤੁਸੀਂ ਖੁਦ ਕਰਦੇ ਹੋ ਜਾਂ ਕੀ ਕਰਦੇ ਨਿਕਲ ਜਿਹੜੀ ਉਹ ਹੋਰ ਚੀਜ਼ ਆ ਜਾਂਦੀ ਆ ਜੀ ਨਿਕਲ ਹੁੰਦੀ ਜਿੱਦਾਂ ਹੈਂਡਲ ਦੇ ਉੱਪਰ ਪਰਤ ਜਿਹੜੀ ਉਹਨੂੰ ਨਿਕਲ ਕਹਿ ਦਿੰਦੇ ਇਹ ਚੀਜ਼ ਨੂੰ ਕਹਿ ਦਿੰਦੇ ਆ ਬਫ ਅੱਛਾ ਬਫਿੰਗ ਕਰਦੇ ਆ ਆ ਲੜਕਾ ਕਰਨ ਲੱਗਾ ਇਹ ਬਫ ਕਰੂਗਾ ਜੀ ਆ ਮਸ਼ੀਨ ਅਸੀਂ ਸਪੈਸ਼ਲ ਰੱਖੀ ਹੈ ਬਾਹਰੋਂ ਨਹੀਂ ਕਰਵਾਉਂਦੇ ਅਸੀਂ ਆਪ ਖੁਦ ਕਰਦੇ ਆ ਇੱਥੇ ਮਤਲਬ ਇਹ ਕਿਸੇ ਚੀਜ਼ ਨੂੰ ਜਿਹੜਾ ਜਿੰਨਾਂ ਤੇ ਲੱਗਿਆ ਹੋਇਆ ਕ੍ਰੋਮ ਹੈਗਾ ਤੁਸੀਂ ਸਿਲਵਰ ਵਾਲੀ ਚੀਜ਼ ਜਿੱਦਾਂ ਇੰਜਨ ਹੈ ਪੂਰਾ ਹੀ ਚਮਕਾਦਾ ਮੂੰਹ ਦੇਖੂਗਾ ਜੀ ਵਿੱਚ ਉਹਦੇ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਵੀ ਬੜਾ ਵਧੀਆ ਲੱਗਿਆ ਬਾਈ ਇਹ ਤੁਸੀਂ ਇਹਦੀ ਕੰਡੀਸ਼ਨ ਦੇਖ ਸਕਦੇ ਹੋ ਕਿੱਡੀ ਮੰਦੀ ਕੰਡੀਸ਼ਨ ਆ ਇਧਰ ਇਹਦੀ ਕੰਡੀਸ਼ਨ ਵੀ ਦੇਖ ਸਕਦੇ ਹੋ ਬਾਈ ਚਲੋ ਵੀ ਹੁਣ ਇਹਦਾ ਕਰੋ ਕੀ ਕਰਦੇ ਹੋ ਤੁਹਾਨੂੰ ਬਫਿੰਗ ਦਾ ਜਿਹੜਾ ਕਿ ਡਿਫਰੈਂਸ ਦਿਖਾਉਣਾ ਹੈ ਕਿ ਕਿਵੇਂ ਦਾ ਹੁੰਦਾ ਹੁਣ ਤੁਸੀਂ ਡਿਫਰੈਂਸ ਦੇਖ ਸਕਦੇ ਹੋ ਇਹ ਬਾਈ ਤੁਸੀਂ ਡਿਫਰੈਂਸ ਦੇਖ ਸਕਦੇ ਹੋ ਦੋਵਾਂ ਦਾ ਇਹ ਜਿਹੜਾ ਪਹਿਲਾਂ ਇੱਦਾਂ ਦਾ ਸੀਗਾ ਅਤੇ ਹੁਣ ਇਹ ਬਾਈ ਨੇ ਇਹਨੂੰ ਪ੍ਰੋਪਰ ਜਿਹੜਾ ਕਿ ਕਲੀਨ ਕਰਤਾ ਇਹ ਪ੍ਰੋਪਰ ਕਲੀਨ ਹੋ ਗਿਆ ਪਹਿਲਾਂ ਇਹਦਾ ਇਹ ਕਲਰ ਹੋ ਜਾਂਦਾ ਜਿਹੜੇ ਬੰਦੇ ਨੇ ਬਾਈਕ ਮੋਟਰਸਾਈਕਲ ਹੈਗਾ ਉਹਨਾਂ ਨੂੰ ਪਤਾ ਹੋਊਗਾ ਕਿ ਇਹ ਹਾਲਤ 'ਚ ਹੋ ਜਾਂਦਾ ਪਰ ਜਦੋਂ ਤੁਸੀਂ ਬਫ ਕਰਦੇ ਹੋ ਇੱਦਾਂ ਦਾ ਹੋ ਜਾਂਦਾ ਇੱਧਰ ਸੇਮ ਇੱਧਰ ਵੀ ਬਾਈ ਨੇ ਤੁਸੀਂ ਆਹ ਦੇਖ ਸਕਦੇ ਹੋ ਇੱਧਰ ਸ਼ਾਈਨ ਜਮਾਂ ਨਹੀਂ ਹੈਗੀ ਇਹ ਪ੍ਰੋਪਰ ਇਹਦੀ ਸ਼ਾਈਨ ਨਿਕਲ ਆਈ ਹੈ ਬੜੀ ਵਧੀਆ ਲਾਈਕ ਤੁਸੀਂ ਆਪਣੇ ਬਾਈਕਸ ਨੂੰ ਇੱਦਾਂ ਕਰਵਾ ਸਕਦੇ ਹੋ ਭਾਜੀ ਇਹ 2008 ਮਾਡਲ ਹੈ ਬੁਲਟ ਹੈ ਜੀ ਇਹ ਆਪਾਂ ਭਾਜੀ ਹੁਣੀ ਬਾਹਰੋਂ ਆਏ ਸੀ ਇਹਨਾਂ ਦਾ ਆਪਾਂ ਤਿਆਰ ਕਰਕੇ ਫੁੱਲ ਰੈਡੀ ਕੀਤਾ ਤੇ ਇਹਨਾਂ ਨੂੰ ਅੱਜ ਦੇ ਦੇਣਾ ਬੁਲਟ ਹੈ ਭਾਜੀ ਅੱਛਾ ਇਹ ਕਿੰਨੇ ਚਿਰ ਸਰ ਤੁਹਾਨੂੰ ਇਹਨਾਂ ਨੇ ਬੁਲਟ ਤਿਆਰ ਕਰਕੇ ਦਿੱਤਾ ਹੈ ਮਹੀਨੇ ਦੇ ਵਿੱਚ ਇਹਨਾਂ ਨੇ ਕਰਤਾ ਜੀ ਮਹੀਨੇ ਦਾ ਜਿੰਨਾ ਕਿ ਟਾਈਮ ਇਹਨਾਂ ਦਿੱਤਾ ਸੀ ਉਹਨੇ ਕੀ ਕਰਤਾ ਹਾਂਜੀ ਹਾਂਜੀ ਤੇ ਕੀ ਕਾਸਟਿੰਗ ਸਰ ਤੁਸੀਂ ਕੀ ਚਾਰਜ ਕੀਤਾ ਇਹਦੇ ਲਈ ਭਾਜੀ ਆਪਾਂ ਇਹ ਦਿੱਤਾ ਵਾ 130,000 ਰੁਪਏ ਦਾ ਫੁੱਲ ਤਿਆਰ ਕਰਕੇ ਇਹ ਚ ਸਰ ਕੀਤਾ ਕੀ ਹੈ ਇਹਦੇ ਵਿੱਚ ਇੰਜਨ ਕੀਤਾ ਭਾਜੀ ਇਹਦਾ ਬਫ ਕੀਤਾ ਵਾ ਟਾਇਰ ਵੀਲ ਨਵੇਂ ਪਾਏ ਆ ਆਲ ਓਵਰ ਸਾਰਾ ਜੋ ਅਸੈਸਰੀ ਦੀ ਸਾਰੀ ਨਵੀਂ ਪਾਈ ਭਾਜੀ ਇਹ ਵੈਸੇ ਸਰ ਵਰਕਿੰਗ ਕੰਡੀਸ਼ਨ ਚ ਸੀਗਾ ਜਦੋਂ ਤੁਸੀਂ ਦੇਖ ਕੇ ਗਏ ਕਿ ਜਾਂ ਲਾਈਕ ਖੜਾ ਸੀ ਕਿਤੇ ਨਹੀਂ ਠੀਕ ਹੀ ਸੀਗਾ ਜ਼ਿਆਦਾ ਮਤਲਬ ਵਧੀਆ ਨਹੀਂ ਸੀਗਾ ਅੱਛਾ ਬਾਕੀ ਤੁਸੀਂ ਦੇਖ ਸਕਦੇ ਹੋ ਸਾਰਾ ਇਹਨਾਂ ਨੇ ਇਹਨੂੰ ਪੇਂਟ ਵੀ ਕੀਤਾ ਤੇ ਇਹਦੇ ਇਹ ਵੀ ਇਹਨਾਂ ਨੇ ਬਫ ਕੀਤੇ ਆ ਬਾਕੀ ਵਾਸ਼ ਘੱਟਾ ਤੇ ਬਾਈ ਪੈਂਦਾ ਹੀ ਆ ਦੁਕਾਨਾਂ ਪੰਜਾਬ 'ਚ ਘੱਟਾ ਤੇ ਹਰੇਕ ਜਗ੍ਹਾ ਤੇ ਹੁੰਦਾ ਕੋਈ ਗੱਲ ਨਹੀਂ ਫਿਰ ਹੁਣ ਇੱਥੇ ਬਾਈ ਹੋਣਾ ਕੋਲੇ ਪ੍ਰੋਪਰ ਇਹਦਾ ਆਪਦਾ ਵੀ ਇੱਕ ਬੁਲਟ ਤਿਆਰ ਕੀਤਾ ਹੋਇਆ ਜਿਹੜਾ ਕਿ ਬੜਾ ਸਪੈਸ਼ਲ ਹੈ ਤੇ ਪਰ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਕਿ ਬੁਲਟ 'ਚ ਹੁੰਦਾ ਕੀ ਹੈ ਕਿਵੇਂ ਕਿਵੇਂ ਆ ਸਾਰੀ ਬੁਲਟ ਤੁਹਾਨੂੰ ਅਸੈਸਰੀ ਤੇ ਬੁਲਟ ਖੁੱਲਿਆ ਹੋਇਆ ਦਿਖਾਉਣਾ ਅੱਜ ਪਹਿਲੀ ਵਾਰੀ ਕਿਉਂਕਿ ਤੁਸੀਂ ਕਈ ਲੋਕਾਂ ਨੇ ਨਹੀਂ ਦੇਖਿਆ ਹੋਣਾ ਜਿਹੜਾ ਖਲਾਰਾ ਪਾਇਆ ਸਾਰਾ ਮੇਰੇ ਵਿਊਵਰਸ ਨੂੰ ਇਹ ਦੱਸੋ ਵੀ ਇਹ ਹੈ ਕੀ ਹੈ ਤੇ ਕਿਵੇਂ ਕਿਵੇਂ ਹੈ ਭਾਜੀ ਇਹ ਜਿੱਦਾਂ ਕੋਈ ਕਸਟਮਰ ਸਾਡੇ ਕੋਲ ਐਵੇਂ ਦਾ ਇੱਧਰ ਮਾਰੋ ਆ ਐਵੇਂ ਦਾ ਬੁਲਟ ਲੈ ਕੇ ਆਉਂਦਾ ਜੀ ਅੱਛਾ ਬਿਲਕੁਲ ਹੀ ਖਤਮ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਬਾਈਕ ਦੀ ਕਿਵੇਂ ਦੀ ਹੈ ਬੁਲਟ ਪੂਰਾ ਹੀ ਤੁਸੀਂ ਦੇਖ ਸਕਦੇ ਹੋ ਕਿਵੇਂ ਇਹਦਾ ਮੰਦਾ ਹਾਲ ਹੋਇਆ ਪਿਆ ਸਾਰਾ ਤੇਲ ਲੀਕ ਹੋਇਆ ਟੈਂਕੀ ਸਮਾਂ ਹੀ ਖਤਮ ਹੋਈ ਪਈ ਹੈ ਤੇ ਫਿਰ ਸਰ ਇਹਨੂੰ ਤੁਸੀਂ ਕੀ ਕਰਦੇ ਹੋ ਵੈਸੇ ਇਹਨੂੰ ਸਰ ਅਸੀਂ ਕੱਲੀ ਕੱਲੀ ਚੀਜ਼ ਨੂੰ ਖੋਲ ਦਈਦਾ ਜੀ ਕੱਲੇ ਕੱਲੇ ਨਟ ਵੱਖਰੇ ਕਰ ਦਈਦੇ ਕੱਲੇ ਕੱਲੇ ਪਾਰਟ ਵੱਖਰੇ ਕਰ ਦਈਦੇ ਆ ਉਸ ਤੋਂ ਬਾਅਦ ਕੀ ਹੁੰਦਾ ਵੀ ਸਾਡੇ ਕੋਲ 15 ਦਿਨਾਂ ਬਾਅਦ ਬੁਲਟ ਆਉਂਦਾ ਤੇ ਐਦਾਂ ਦਾ ਹੁੰਦਾ ਭਾਜੀ ਹਾਂ ਆਹ ਕੱਲੇ ਪਾਰ ਦੇਖ ਲਓ ਇਹ ਤਾਂ ਇੱਕ ਬੜੀ ਹੀ ਮਤਲਬ ਨਵਾਂ ਬਿਲਕੁਲ ਜਿੱਦਾਂ ਕਹਿ ਸਕਦੇ ਹੋ ਬੁਲਟ ਉਹ ਕੰਡੀਸ਼ਨ ਚ ਆ ਗਿਆ ਇਹ ਭਾਜੀ ਨਟ ਬੋਲਟ ਆ ਸਾਰੀ ਚੈਸੀ ਦੇ ਆਲ ਨਟ ਸਾਰੇ ਆ ਜੀ ਸਾਰੇ ਤੁਸੀਂ ਇਹਨਾਂ ਨੂੰ ਕ੍ਰੋਮ ਕੀਤਾ ਕਿ ਨਵੇਂ ਨੇ ਇਹ ਭਾਜੀ ਜਿੰਕ ਆ ਨਟ ਪੁਰਾਣੇ ਆ ਜੀ ਨਵੇਂ ਕੀਤੇ ਸਾਰੇ ਜਿੰਕ ਕਰਕੇ ਇੱਧਰ ਨਿਕਲ ਹੋਇਆ ਹੈਗਾ ਭਾਜੀ ਅੱਛਾ ਇਹ ਨਿਕਲ ਕਰ ਦਿੰਦੇ ਹੋ ਸਾਰੇ ਕੱਲੀ ਚੀਜ਼ ਇਹ ਗੇਅਰ ਵਾਲੀ ਮੇਰੇ ਸਾਹ ਨਾਲ ਲੀਵਰ ਹੈ ਇਹ ਨਿਊਟਰਲ ਲੀਵਰ ਆ ਜੀ ਠੀਕ ਹੈ ਹਾਂਜੀ
ਜੋ ਵੀ ਛੋਟਾ ਛੋਟਾ ਪਾਰਟਸ ਆ ਸਾਰਾ ਆਪਾਂ ਖੋਲ ਕੇ ਕੱਲੀ ਕੱਲੀ ਚੀਜ਼ ਕਰਕੇ ਕੱਲੀ ਕੱਲੀ ਚੀਜ਼ ਤੁਸੀਂ ਮਤਲਬ ਓਰੀਜਨਲ ਹੀ ਰੱਖਦੇ ਹੋ ਮਤਲਬ ਇਹ ਨਹੀਂ ਕਿ ਕੋਈ ਚੇਂਜ ਕਰਦੇ ਨਹੀਂ ਨਹੀਂ ਜਿਹੜੀ ਚੀਜ਼ ਮੰਨ ਲਓ ਪੁਰਾਣੀ ਆ ਜਾਂ ਖਰਾਬ ਹੋਈ ਓਰੀਜਨਲ ਹੀ ਪਾਉਣੀ ਏਜੰਸੀ ਜੋ ਉਹ ਪੇਂਟ ਕਰਾਉਣਾ ਓਰੀਜਨਲ ਇਹ ਜਿਹੜੇ ਸੀ ਇਹ ਵਰਕਿੰਗ ਕੰਡੀਸ਼ਨ ਚ ਵਧੀਆ ਸੀ ਤੁਸੀਂ ਇਹਨੂੰ ਪੇਂਟ ਕਰਾ ਹਾਂਜੀ ਹਾਂਜੀ ਇਹ ਵਰਕਿੰਗ ਕੰਡੀਸ਼ਨ ਚ ਵਧੀਆ ਜੀ ਠੀਕ ਨਹੀਂ ਇਹ ਬੜੀ ਵਧੀਆ ਗੱਲ ਬਾਈ ਲੱਗੀ ਮੈਨੂੰ ਬਾਈ ਦੇ ਵਿੱਚ ਚੀਜ਼ ਕੰਮ ਆਉਣ ਵਾਲੀ ਇਹਨਾਂ ਨੇ ਉਹਨੂੰ ਪ੍ਰੋਪਰਲੀ ਉਹਨੂੰ ਪੇਂਟ ਕਰਵਾ ਲਿਆ ਜਿਹੜੀ ਵੇਸਟ ਹੋਣ ਵਾਲੀ ਸੀ ਉਹ ਸਿੱਟਤੀ ਇਹ ਨਿੱਕੇ ਨਿੱਕੇ ਸ਼ੌਕਰਸ ਨੇ ਅਗਲੇ ਬੰਦੇ ਸਰ ਕੀ ਕੀ ਆ ਜਾਂਦਾ ਲਾਏ ਆ ਜੀ ਡਿਸਕ ਵਾਲੇ ਅੱਛਾ ਲੋਏ ਆ ਮਡਗਾਰਡ ਆ ਜੀ ਠੀਕ ਹੈ ਲੋਏ ਮਡਗਾਰਡ ਫਿਰ ਭਾਜੀ ਕਲਰ ਆਪਾਂ ਪੂਰਾ ਓਕੇ ਕਰਾਈਦਾ ਜੀ 2K ਦਾ ਪੇਂਟ ਕਰਾਈਦਾ ਭਾਜੀ 2K ਦਾ ਅੱਛਾ ਹਾਂਜੀ ਹਾਂਜੀ ਇਹ ਤੇ ਜਾਈ ਜਿਹੜਾ ਕਿਸੇ ਜਿਵੇਂ ਕਲਰ ਦੀ ਮੈਂ ਤੁਹਾਨੂੰ ਅੱਗੇ ਵੀ ਪੁੱਛਿਆ ਸੀ ਜਿਹਨੂੰ ਜਿਹੜੀ ਡਿਮਾਂਡ ਆ ਉਦਾਂ ਤੁਸੀਂ ਕਰ ਹਾਂ ਜਿਹੜੀ ਡਿਮਾਂਡ ਜਿਹਨੂੰ ਜਿੱਦਾਂ ਦਾ ਕੋਈ ਕਲਰ ਕਹਿੰਦਾ ਉਦਾਂ ਦਾ ਕਰ ਦਈਦਾ ਸਰ ਬਾਈ ਤੁਸੀਂ ਬਾਕੀ ਅੱਗੇ ਦੇਖ ਸਕਦੇ ਹੋ ਬੁਲਟ ਸਾਰਾ ਸਰ ਖੋਲ ਲੈਂਦੇ ਨੇ ਇਦਾਂ ਉਹਦੀ ਕੱਲੀ ਕੱਲੀ ਚੀਜ਼ ਪੇਂਟ ਹੋ ਜਾਂਦੀ ਹੈ ਲਾਈਕ ਟੈਂਕ ਦੇਖ ਲਓ ਤੇ ਸਰ ਇਹ ਕੀ ਤੁਸੀਂ ਇਹ ਸਪੈਸ਼ਲ ਨੇ ਕੁਝ ਸਰ ਇਹ ਸਪੈਸ਼ਲ ਆ ਮੋਨੋਗ੍ਰਾਮ ਆ ਜੀ ਪਿੱਤਲ ਵਾਲੇ ਦਾ ਕਈਆਂ ਨੂੰ ਹੁੰਦੀ ਲੋੜ ਹੁੰਦੀ ਕਈਆਂ ਨੂੰ ਸ਼ੌਂਕ ਹੁੰਦਾ ਜੀ ਪਿੱਤਲ ਦਾ ਸਮਾਨ ਆਪਾਂ ਲਾਉਣਾ ਵੀ ਨਹੀਂ ਪ੍ਰੋਵਾਈਡ ਹੋਣ ਡਿਆ ਪਿੱਤਲ ਵਾਲਾ ਸਮਾਨ ਇਹਦਾ ਫਿਰ ਅਸੀਂ ਪ੍ਰੋਵਾਈਡ ਕਰਕੇ ਉਹਨਾਂ ਨੂੰ ਦੇ ਦਈਦਾ ਪਿੱਤਲ ਵਾਲਾ ਸਮਾਨ ਪਿੱਤਲ ਵਾਲਾ ਠੀਕ ਹਾਂਜੀ ਹਾਂਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਹੈਂਡਲ ਵਗੈਰਾ ਸਾਰਾ ਇਹਦੀ ਆ ਵੀ ਸਾਰਾ ਸਰ ਖੋਲ ਲੈਂਦੇ ਨੇ ਸਰ ਇਹਦੇ ਨਾਲ ਤੁਸੀਂ ਰਿਮ ਦੂਜੇ ਵੀ ਦੇ ਦਿੰਦੇ ਹੋ ਸਰ ਇਹਦੇ ਨਾਲ ਕਸਟਮਰ ਨੂੰ ਜਿੱਦਾਂ ਦਾ ਵੀਲ ਚਾਹੀਦੇ ਆ ਵੀਲ ਅਵੇਲੇਬਲ ਕਰ ਦਈਦੇ ਆ ਜੇ ਕੋਈ ਤਾਰਾਂ ਵਾਲੇ ਰਿਮ ਉਹ ਅਵੇਲੇਬਲ ਕਰ ਦਈਦੇ ਜਿੱਦਾਂ ਦਾ ਕਸਟਮਰ ਚਾਹੁੰਦਾ ਉਦਾਂ ਦਾ ਅਵੇਲੇਬਲ ਹੋ ਜਾਂਦਾ ਸਮਾਨ ਜੀ ਬਾਕੀ ਇਹ ਸਾਰਾ ਬੁਲਟ ਦਾ ਸਮਾਨ ਸਰ ਨੇ ਖੋਲਿਆ ਹੋਇਆ ਇਹਨਾਂ ਕੋਈ ਇਦਾਂ ਦੇ ਕਾਫੀ ਜ਼ਿਆਦਾ ਬਾਇਆ ਬੁਲਟ ਜਿਹੜੇ ਨੇ ਇੱਥੇ ਕਰਦੇ ਰੀਸਟੋਰ ਕਰਦੇ ਰਹਿੰਦੇ ਨੇ ਇਹ ਰੀਸਟੋਰ ਇਹਨੂੰ ਕਰ ਰਹੇ ਕਿਉਂਕਿ ਬਾਈਕ ਦੀ ਹਾਲਤ ਏਡੀ ਮੰਦੀ ਸੀਗੀ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਇਦਾਂ ਦਾ ਨਵਾਂ ਕਨਵਰਟ ਹੋ ਗਿਆ ਇਹ ਇੱਕ ਬੜੀ ਵਧੀਆ ਗੱਲ ਹੈ ਤੇ ਸਰ ਹੋਰ ਕਿਹੜੇ ਕਿਹੜੇ ਬਾਈਕਸ ਤੁਸੀਂ ਕਰਦੇ ਹੋ ਰੀਸਟੋਰ ਸਰ ਹੋਰ ਮੇਨ ਆਪਣਾ ਬੁਲਟ ਦਾ ਕੰਮ ਹੀ ਹੈ ਜੀ ਮੇਨ ਬਾਕੀ ਜੇ ਕੋਈ ਕਸਟਮਰ ਕੋਈ ਹੋਰ ਵੀ ਮੋਟਰਸਾਈਕਲ ਲੈ ਆਉਂਦਾ ਉਹ ਵੀ ਅਸੀਂ ਕਰ ਦਈਦਾ ਵਾ ਇਹ ਸਾਰੀ ਚੈਸੀ ਹੁੰਦੀ ਹੈ ਬਾਈ ਬੁਲਟ ਦੀ ਜਿਹੜੀ ਖੋਲ ਲੈਂਦੇ ਆ ਬਾਕੀ ਇਹ ਸਾਰੀ ਉਹਦੇ ਤੇ ਫਿਟਿੰਗ ਹੋਣੀ ਹੁੰਦੀ ਹੈ ਫਿਟਿੰਗ ਹੋ ਕੇ ਬਾਈ ਨੇ ਆਪਣਾ ਇੱਕ ਬੁਲਟ ਤਿਆਰ ਕੀਤਾ ਹੋਇਆ ਹੁਣ ਬਾਈ ਨੂੰ ਕਹਾਂਗੇ ਸਾਨੂੰ ਉਹ ਦਿਖਾ ਦੇਣ ਕਿਉਂਕਿ ਉਹਨਾਂ ਨੇ ਬੜੇ ਸ਼ੌਕ ਨਾਲ ਤਿਆਰ ਕੀਤਾ ਸਾਰਾ ਬੁਲਟ ਬਾਈ ਦਾ ਦੇਖਦੇ ਆ ਇਹ ਭਾਜੀ ਹੈਗਾ 1985 ਮਾਡਲ ਇਹ ਮੇਰੇ ਫਾਦਰ ਸਾਹਿਬ ਦੇ ਕੋਲੇ ਬੁਲਟ ਇੰਨਾ ਪੁਰਾਣਾ ਮੋਟਰਸਾਈਕਲ ਹਾਂਜੀ ਹਾਂਜੀ ਇਹ 1985 ਮਾਡਲ ਸਾਂਭ ਕੇ ਰੱਖਿਆ ਸੀ ਤੇ ਹੁਣ ਆਪਾਂ ਇਹਨੂੰ ਹੁਣ ਤਿਆਰ ਕੀਤਾ ਸਰ ਇਹਨੂੰ ਦੁਬਾਰਾ ਸਰ ਇਹ ਚ ਕੀ ਕੀਤਾ ਫਿਰ ਤੁਸੀਂ ਇਹਦੇ ਵਿੱਚ ਸਰ ਅਲਾਏ ਵੀਲ ਆ ਪੇਂਟ ਆ ਅਲਾਏ ਵੀਲ ਵੇਖੋ ਸਪੈਸ਼ਲ ਅਲਾਏ ਵੀਲ ਪਾਏ ਆ ਜੀ ਇਹਦੇ ਵਿੱਚ ਉਸ ਤੋਂ ਬਾਅਦ ਨਿਕਲ ਕੀਤਾ ਇਹਨੂੰ ਸਪੈਸ਼ਲ ਪੇਂਟ 2K ਦਾ ਕਰਵਾਇਆ ਫਿਰ ਪਿੱਤਲ ਵਾਲਾ ਸਮਾਨ ਪਾਇਆ ਭਾਜੀ ਇਹਨੂੰ ਅਸੀਂ ਪਿੱਤਲ ਦਾ ਹਾਂਜੀ ਹਾਂਜੀ ਸਪੈਸ਼ਲ ਨੰਬਰ ਪਲੇਟਾਂ ਬਣਾਈਆਂ ਇਹਦੀਆਂ ਜੀ ਪਿੱਤਲ ਦੀਆਂ ਠੀਕ ਹੈ ਪੂਰੇ ਸ਼ੌਂਕ ਨਾਲ ਰੱਖਿਆ ਜੀ ਇਹਨੂੰ ਲਾਈਟ ਵੀ ਤੁਸੀਂ ਕਸਟਮ ਕੀਤੀ ਹੋਈ ਹੈ ਹਾਂਜੀ ਹਾਂਜੀ ਲਾਈਟ ਖੰਡੇ ਵਾਲੀ ਪਾਈ ਭਾਜੀ ਠੀਕ ਹੈ ਹਾਂਜੀ ਹਾਂਜੀ ਅਗਲੇ ਬੰਦ ਤੁਸੀਂ ਟੈਂਕ ਦੇ ਮੋਨੋਗ੍ਰਾਮ ਲੱਗੇ ਪਿੱਤਲ ਵਾਲੇ ਸਪੈਸ਼ਲ ਵਾਏ ਆ ਜੀ ਅਸੀਂ ਅੱਛਾ ਤੇ ਇੱਕ ਆਪਣਾ ਆ ਮੋਨੋਗ੍ਰਾਮ ਬਣਾਇਆ ਜੀ ਆਪਣਾ ਸਪੈਸ਼ਲ ਆਪਣੇ ਨਾਂ ਦਾ ਅੱਛਾ ਹਾਂਜੀ ਹਾਂਜੀ ਮਤਲਬ ਕਾਫੀ ਵੈਸੇ ਤੁਸੀਂ ਇਹਨੂੰ ਨੀਟ ਐਂਡ ਕਲੀਨ ਰੱਖਿਆ ਹੋਇਆ ਹਾਂਜੀ ਹਾਂਜੀ ਭਾਜੀ ਇਹਦੇ ਤੁਸੀਂ ਇਹ ਵੀ ਪਿੱਤਲ ਦੇ ਨੇ ਹਾਂਜੀ ਹਾਂਜੀ ਇਹ ਗ੍ਰਿਪ ਸੈਟ ਪਿੱਤਲ ਦੇ ਆ ਭਾਜੀ ਇਹਦੇ ਪਿੱਤਲ ਦੇ ਨੇ ਠੀਕ ਹੈ ਹਾਂਜੀ ਹਾਂਜੀ ਸਾਰਾ ਸਮਾਨ ਓਰੀਜਨਲ ਹੀ ਪਾਇਆ ਜੀ ਭਾਈ ਇਹਦੀ ਫੇ ਸਾਨੂੰ ਆਵਾਜ਼ ਵੀ ਸੁਣਾਓ ਲਓ ਜੀ ਆਵਾਜ਼ ਸਾਨੂੰ ਮੇਰੀ ਬਾਤ ਚੈੱਕ ਕਰੋ ਸਾਰੇ ਦੀ ਇਹਦੇ ਵਿੱਚ ਪ੍ਰੋਪਰ ਸੀਡੀ ਵਾਲਾ ਸਲੈਂਸਰ ਪਾਇਆ ਭਾਜੀ ਇਹਦੇ ਵਿੱਚ ਅੱਛਾ ਸੀਟੀ ਵਾਲਾ ਸੈਂਸਰ ਹਾਂ ਜੀ ਸੀਟੀ ਵਾਲਾ ਸੈਂਸਰ ਦੀ ਬਹੁਤ ਡਿਮਾਂਡ ਆ ਜੀ ਸਰ ਇਹਦਾ ਚਲਾਨ ਵਗੈਰਾ ਨਹੀਂ ਨਹੀਂ ਕੋਈ ਚਲਾਨ ਨਹੀਂ ਸਾਰੇ ਦਾ ਓਕੇ ਆ ਸਰ ਜੀ ਜਿੱਥੇ ਤੇ ਬਾਈਨ ਲੋਡ ਸੀ ਉੱਥੇ ਉੱਥੇ ਇਹਨਾਂ ਨੇ ਆਪਣਾ ਦਾ ਕੰਮ ਕੀਤਾ ਇਹਦੇ ਅੰਦਰ ਤੱਕ ਇਹਨਾਂ ਨੇ ਇਹ ਲਾਏ ਹੋਏ ਨੇ ਕਰਾ ਕੇ ਫੇਰ ਪ੍ਰੋਪਰ ਇਹਦਾ ਕ੍ਰੋਮ ਤੁਸੀਂ ਦੇਖ ਸਕਦੇ ਹੋ ਸਰ ਇਹ ਤੁਸੀਂ ਇਹਨਾਂ ਕੋਲ ਤਿਆਰ ਕਰਵਾਇਆ ਇਹ ਸਰ 2004 ਮਾਡਲ ਆ ਜੀ ਮੈਂ ਇਹਨਾਂ ਨੂੰ ਤਿਆਰ ਕਰਕੇ ਦਿੱਤਾ ਜੀ ਠੀਕ ਹੈ ਇਹ ਵੀਰ ਹੁਣੇ ਆਏ ਆ ਗੁਰਦਾਸਪੁਰ ਤੋਂ ਅੱਛਾ ਕਿਹੜੇ ਗੁਰਦਾਸਪੁਰ ਕਿੱਥੋਂ ਆਏ ਬਾਈ ਬਾਈ ਇਹ ਗੁਰਦਾਸਪੁਰ ਤੋਂ ਆਇਆ ਲੱਗੇ ਵਿਲੇ ਸਾਡਾ ਬੱਬੇ ਵਾਲੀ ਅੱਛਾ ਅਸੀਂ ਵੀਰ ਉਹਨਾਂ ਦਾ ਇੰਸਟਾਗ੍ਰam ਤੇ ਦੇਖਿਆ ਸੀਗਾ ਅੱਛਾ ਤੇ ਮਤਲਬ ਮੈਨੂੰ ਬਹੁਤ ਵਧੀਆ ਲੱਗਾ ਤੇ ਮੈਂ ਇਹਨਾਂ ਕੋਲ ਤਿਆਰ ਕਰਵਾਇਆ ਸਭ ਕੋ ਇਹਨਾਂ ਪ੍ਰੋਵਾਈਡ ਕਰਾਇਆ ਇਥੋਂ ਕਾਗਜ਼ ਪੱਤਰ ਸਭ ਕੋ ਪ੍ਰੋਵਾਈਡ ਕਰਕੇ ਦਿੱਤਾ ਇਹਨਾਂ ਨੇ ਮਤਲਬ ਬਹੁਤ ਵਧੀਆ ਰੈਡੀ ਕੀਤਾ ਬਹੁਤ ਇਹ ਚੱਲਦਾ ਵੀ ਬਹੁਤ ਵਧੀਆ ਵਾ ਤੇ ਮਤਲਬ ਬਹੁਤ ਹੀ ਜ਼ਿਆਦਾ ਵਧੀਆ ਜਿਵੇਂ ਆਂਦੇ ਨੇ ਉਹ ਆ ਚੀਜ਼ ਮਤਲਬ ਤੁਸੀਂ ਸੈਟੀਸਫਾਈਡ ਹੋ ਪੂਰੇ ਫੁੱਲ ਸੈਟੀਸਫਾਈਡ ਜਿਵੇਂ ਆਂਦੇ ਉਹ ਆ ਜੀ ਠੀਕ ਹੈ ਥੈਂਕ ਯੂ ਵਧੀਆ ਗੱਲ ਹੈ ਬਾਕੀ ਬਾਈ ਤੁਸੀਂ ਦੇਖ ਸਕਦੇ ਹੋ ਸਾਰਾ ਸਾਰਾ ਬੁਲਟ ਬਾਈ ਦਾ ਤੇ ਸਾਰਾ ਇਹਨਾਂ ਨੇ ਸਟਾਕ ਕੀਤਾ ਹੋਇਆ ਕਿੰਨਾ ਚਿਰ ਹੋ ਗਿਆ ਬਾਈ ਇਹਨੂੰ ਕਿਰਾਏ ਨੂੰ ਬਾਈ 3-4 ਮਹੀਨੇ ਹੋ ਗਏ ਇਹਨੂੰ ਤਿਆਰ ਕਰਾਏ ਨੂੰ 3-4 ਮਹੀਨੇ ਹਾਂਜੀ ਅੱਜ ਫਿਰ ਤੁਸੀਂ ਇਹਨਾਂ ਕੋਲ ਕਿੱਧਰ ਆਏ ਹੋ ਬਾਈ ਇਹਨਾਂ ਕੋਲ ਸਰਵਿਸ ਕਰਾਉਣ ਆਏ ਆ ਭਾਜੀ ਉਹਨਾਂ ਕੋਲ ਸਰਵਿਸ ਕਰਾਉਣਾ ਹੈ ਹਾਂਜੀ ਦੋਸਤੋ ਤੁਹਾਨੂੰ ਮੈਂ ਬਾਈ ਨਾਲ ਮਿਲਾਉਣਾ ਉਹ ਸਟੰਟ ਕਰਦੇ ਨੇ ਸਾਰੇ ਤੇ ਬਾਈ ਅੱਜ ਇੱਥੇ ਆਪਣੇ ਕੰਮ ਲਈ ਕਿਸੇ ਲਈ ਆਇਆ ਸੀ ਤੇ ਫਿਰ ਮੈਨੂੰ ਪਤਾ ਲੱਗਿਆ ਤੇ ਮੈਂ ਕਿਹਾ ਚਲੋ ਤੁਹਾਨੂੰ ਮਿਲਾਉਣੇ ਆ ਬਾਈ ਨਾਲ ਮਿਲਾਉਣਾ ਸੋ ਬਾਈ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਚੜ੍ਹਦੀ ਕਲਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਕਿੱਧਰ ਆਏ ਹੋ ਵੀਰ ਜੀ ਮੈਂ ਆਪਣੇ ਵੀਰ ਨੇ ਇੱਥੋਂ ਤਰਨਤਾਰਨ
ਬੁਲਟ ਸਟੰਟ ਮੈਂ ਪੁਰਾਣੇ ਟਾਈਮ ਤੋਂ ਕਰਦਾ ਹੁੰਦਾ ਸੀ, ਪਰ ਬੁਲਟ ਦੇ ਵਿੱਚ ਨਾ ਇੱਕ ਪ੍ਰੋਬਲਮ ਸੀ ਵੀ ਸਾਨੂੰ ਖਲੋਣ ਦੀ ਬੜੀ ਇੱਕ ਪ੍ਰੋਬਲਮ ਆਉਂਦੀ ਸੀ ਵੀ ਇਹਦੀ ਚੈਸੀ ਵਿੰਗੀ ਸੀ। ਜਦ ਵੀ ਅਸੀਂ ਬੁਲਟ 'ਤੇ ਖਲੋਣਾ ਤਾਂ ਬੁਲਟ ਦਾ ਬੈਲੈਂਸ ਬੜਾ ਵਿਗੜਦਾ ਹੁੰਦਾ ਸੀ, ਅਤੇ ਸਪੈਸ਼ਲ ਅਸੀਂ ਵੀਰ ਕੋਲ ਆਏ, ਵੀਰ ਬਾਰੇ ਪਤਾ ਲੱਗਾ ਔਰ ਵੀਰ ਨੇ ਇੰਨਾ ਵਧੀਆ ਬੁਲਟ ਦਾ ਕੰਮ ਕੀਤਾ ਵੀ ਹੁਣ ਚਾਹੇ ਅਸੀਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਵੀ ਚਲਾ ਲਈਏ ਅਤੇ ਸਾਨੂੰ ਕੋਈ ਇਸ ਚੀਜ਼ ਦਾ ਕੋਈ ਡਰ ਨਹੀਂ ਲੱਗਦਾ। ਇਹ ਸਾਰਾ ਕ੍ਰੈਡਿਟ ਤੁਸੀਂ ਸਟੰਟ ਕਰਦੇ ਹੋ? ਹਾਂਜੀ ਹਾਂਜੀ ਸਪੈਸ਼ਲ। ਫਿਰ ਮੇਰੇ ਹਿਸਾਬ ਨਾਲ ਮੇਰੇ ਵਿਊਅਰਸ ਨੂੰ ਵੀ ਦਿਖਾਇਆ ਜਾਵੇਗਾ ਤੁਸੀਂ ਕਿਵੇਂ ਕਰਦੇ ਹੋ। ਜੀ ਜੀ ਹਾਂਜੀ ਜ਼ਰੂਰ। ਚਲੋ ਵੀ ਤੁਹਾਨੂੰ ਬਾਈ ਕਹਿੰਦਾ ਮੈਂ ਵੀ ਦਿਖਾਉਣਾ, ਕਿਉਂਕਿ ਮੈਂ ਵੀ ਬਾਈ ਨੂੰ ਦੇਖਿਆ ਸੀ ਇਸ ਕਰਕੇ ਮੈਨੂੰ ਲੱਗਿਆ ਕਿ ਤੁਹਾਨੂੰ ਦਿਖਾਇਆ ਜਾਵੇ। ਅਤੇ ਚਲੋ ਤੁਹਾਨੂੰ ਦਿਖਾਉਂਦੇ ਕਿ ਬਾਈ ਕਿਵੇਂ ਬਾਈਕ ਚੱਲਦੀ ਅਤੇ ਖਲੋ ਜਾਂਦੇ ਆ। ਅਤੇ ਮੇਰੇ ਸਾਰਾ ਕਲਸੀ ਬਾਈ ਵੀ ਖਲੋਗਾ, ਖਲੋਗਾ ਬਾਈ? ਚਲੋ ਬਾਈ ਚੜਾਂਗੇ ਬਾਈ। ਹਾਂਜੀ ਵੀ ਦੋਸਤੋ, ਤੁਸੀਂ ਦੇਖਿਆ ਸਾਰੀ ਬਾਈ ਦੀ ਵਰਕਸ਼ਾਪ ਅਤੇ ਜੋ ਕੁਛ ਬਾਈ ਨੇ ਮੋਟਰਸਾਈਕਲ ਤਿਆਰ ਕੀਤੇ ਹੋਏ ਤੁਹਾਨੂੰ ਉਹ ਵੀ ਦਿਖਾਏ ਨੇ ਅਸੀਂ। ਅਤੇ ਬਾਕੀ ਕੋਈ ਵੀ ਚੀਜ਼ ਤੁਹਾਨੂੰ ਬਾਈਕ ਦੀ ਮੋਟਰਸਾਈਕਲ ਦੀ ਚਾਹੀਦੀ ਹੋਵੇ, ਵੈਸੇ ਬਾਈਕ ਕਹਿ ਰਿਹਾ ਪਰ ਬੁਲਟ ਹੈ ਵੈਸੇ, ਇਹਨੂੰ ਤੁਸੀਂ ਕੁਛ ਵੀ ਤੁਹਾਨੂੰ ਚਾਹੀਦਾ ਹੋਵੇ ਤੁਸੀਂ ਬਾਈ ਨੂੰ ਕੰਟੈਕਟ ਕਰ ਸਕਦੇ ਹੋ। ਮੇਨ ਗੱਲ ਹੁਣ ਇਹ ਹੈ ਕਿ ਸਰ ਮੇਰੇ ਵਿਊਅਰਸ ਨੂੰ ਇਹ ਦੱਸੋ ਕਿ ਜੇ ਕਿਸੇ ਨੇ ਲਾਈਕ ਕੋਈ ਕੰਮ ਹੋਣ, ਤੁਸੀਂ ਕਿਹੜੇ ਕਿਹੜੇ ਰਿਲੇਟਡ ਤੁਸੀਂ ਕੀ ਕੰਮ ਕਰਦੇ ਹੋ? ਸਰ ਕੰਮ ਅਸੀਂ ਮੇਨ ਬੁਲਟ ਦਾ, ਰਾਇਲ ਫੀਲਡ ਦਾ ਹੀ ਕਰਦੇ ਹਾਂ। ਜੋ ਵੀ ਕਿਸੇ ਨੇ ਜਿੱਦਾਂ ਦਾ ਵੀ ਕੰਮ ਕਰਾਉਣਾ ਅਸੀਂ ਕਰਦੇ ਹਾਂ ਜੀ, ਮਕੈਨੀਕਲ ਜੋਬ, ਪੇਂਟ ਜੋਬ, ਨਿਕਲ ਵਗੈਰਾ ਸਾਰਾ ਕੁਝ ਕਰੀਦਾ, ਸਾਰਾ ਕੁਝ ਕਰਾਂ ਜੀ। ਸਰ ਜਿੱਦਾਂ ਹੁਣ ਕਿਸੇ ਨੇ ਆਪਣਾ ਬੁਲਟ ਰੀਸਟੋਰ ਕਰਾਉਣਾ ਹੈ, ਠੀਕ ਹੈ, ਤੁਸੀਂ ਉਹ ਬੁਲਟ ਦਾ ਦੱਸਿਆ ਸੇਲ ਆਊਟ ਵੀ ਕਰਦੇ ਹੋ? ਹਾਂਜੀ ਹਾਂਜੀ। ਤੇ ਪ੍ਰੋਪਰ ਬੁਲਟ ਰੀਸਟੋਰ ਕਰਨ ਨੂੰ ਕਿੰਨਾ ਕੁ ਟਾਈਮ ਲੱਗਦਾ ਹੈ? ਪ੍ਰੋਪਰ 1.5 ਤੋਂ 2 ਮਹੀਨੇ ਦਾ ਟਾਈਮ ਲੱਗ ਜਾਂਦਾ ਜੀ। ਲੱਗ ਜਾਂਦਾ? ਹਾਂਜੀ ਹਾਂਜੀ। ਸਰ ਉਹਦੀ ਕੀ ਕੋਸਟਿੰਗ ਰਹਿੰਦੀ ਹੈ? ਮਤਲਬ ਬੁਲਟ ਵੀ ਤੁਹਾਡਾ, ਸਾਰਾ ਕੁਝ ਤੁਹਾਡਾ, ਤੇ ਤੁਸੀਂ ਉਹ ਕਿੰਨੇ ਚ ਦੇ ਦਿੰਦੇ ਹੋ? ਬੁਲਟ ਮਾਡਲ ਦੇ ਹਿਸਾਬ ਨਾਲ ਜੀ, ਜਿੱਦਾਂ 2010 ਮਾਡਲ ਕਿਸੇ ਨੇ ਲੈਣਾ ਵਾ ਉਹ 1.5 ਤੋਂ 2 ਦੀ ਰੇਂਜ ਦੇ ਵਿੱਚ ਪੈ ਜਾਂਦਾ 2010। ਹਾਂਜੀ। ਕੁਝ ਪੇਪਰ ਵਗੈਰਾ ਵੀ? ਪੇਪਰ, ਆਰਸੀ, ਇੰਸ਼ੋਰੈਂਸ ਅਵੇਲੇਬਲ, ਸਾਰਾ ਕੁਝ ਕਰਵਾ ਕੇ ਦੇਈਦਾ ਜੀ। ਠੀਕ ਹੈ ਠੀਕ ਹੈ। ਤੇ ਸਰ ਜਿੱਦਾਂ ਤੁਸੀਂ ਸਮਾਨ ਦੀ ਗੱਲ ਕਰਦੇ ਹੋ, ਉਹਦੀ ਗਰੰਟੀ ਵਰੰਟੀ ਕੋਈ? ਜਿੱਦਾਂ ਗਰੰਟੀ ਅਸੀਂ ਫੁੱਲ ਦੇਈਦੀ ਹੈ ਜੀ, ਜਿੱਦਾਂ ਇੰਜਨ ਵਗੈਰਾ ਕਰਦੇ ਹਾਂ। ਠੀਕ ਹੈ। ਸਾਡਾ 10 ਤੋਂ 15 ਹਜ਼ਾਰ ਦਾ ਇੰਜਨ ਦਾ ਖਰਚਾ ਜੀ। ਠੀਕ ਹੈ। ਅਸੀਂ ਸਾਲ ਦੀ ਵੀ ਗਰੰਟੀ ਦੇ ਰਹੀ ਹੈ, ਸਾਨੂੰ ਇੰਨਾ ਪਤਾ ਸਾਨੂੰ ਲਾਂਭਾ ਨਹੀਂ ਆਉਣਾ। ਠੀਕ ਹੈ। ਕਿਉਂਕਿ ਅਸੀਂ ਓਰੀਜਨਲ ਸਮਾਨ ਹੀ ਵਰਤਦੇ ਹਾਂ, ਜੋ ਇੰਜਨ ਦੇ ਵਿੱਚ ਸਾਰਾ ਸਮਾਨ ਓਰੀਜਨਲ ਹੀ ਪਾਈਦਾ ਜੀ। ਤਾਂ ਸਾਰਾ ਕੁਝ? ਹਾਂਜੀ ਹਾਂ। ਗਰੰਟੀ ਵਾਲਾ ਤੁਸੀਂ ਮੰਨਦੇ ਹੋ ਸਾਲ ਦੀ? ਤੁਸੀਂ ਸਾਲ ਦੀ ਗਰੰਟੀ ਦੇ ਦੇਈ ਜੀ, ਸਾਨੂੰ ਕੋਈ ਦਿੱਕਤ ਨਹੀਂ ਹੈ ਜੀ। ਠੀਕ ਹੈ। ਜੇ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਫ੍ਰੀ ਆਫ ਕੋਸਟ ਠੀਕ ਕਰਕੇ ਦੇਵਾਂਗੇ। ਬੜੀ ਵਧੀਆ ਗੱਲ ਹੈ। ਤੇ ਬਾਕੀ ਜਿੱਦਾਂ ਕਿਸੇ ਨੇ ਮੇਰੇ ਦੂਰ ਵਾਲੇ ਵੀਰ ਭਰਾ ਨੇ, ਕੋਈ ਬਠਿੰਡੇ ਤੋਂ ਆ, ਕੋਈ ਚੰਡੀਗੜ੍ਹ ਆ, ਕੋਈ ਮੋਹਾਲੀ ਤੋਂ ਜਾਂ ਕਿਤੋਂ ਆ, ਠੀਕ ਹੈ, ਉਹਨੇ ਤੁਹਾਨੂੰ ਲਾਈਕ ਬੁਲਟ ਬੁੱਕ ਕਰਾਉਣਾ ਹੋਵੇ, ਤੁਸੀਂ ਤੁਹਾਡਾ ਕੀ ਪ੍ਰੋਸੀਜਰ ਹੈ? ਸਾਡਾ ਇਹ ਆ ਵੀ ਕੋਈ ਵੀ ਮਾਡਲ ਸਿਲੈਕਟ ਕਰ ਲਓ, ਜਿੱਦਾਂ 8 ਮਾਡਲ 10 ਮਾਡਲ ਜਿਵੇਂ ਚਾਹੀਦਾ ਵਾ। 8 ਮਾਡਲ ਦੇ ਰੇਟ ਦੇ ਹਿਸਾਬ ਨਾਲ ਜਿੱਦਾਂ 1.5 ਲੱਖ ਦਾ ਪੈਂਦਾ ਵਾ, 50 ਹਜ਼ਾਰ ਸਾਨੂੰ ਐਡਵਾਂਸ ਬੁਕਿੰਗ ਕਰਾਉਣ ਵਾਸਤੇ ਮਿਲ ਗਈ। ਤੁਸੀਂ ਐਡਵਾਂਸ ਲੈਂਦੇ ਹੋ? ਹਾਂਜੀ ਹਾਂਜੀ ਹਾਂਜੀ। ਠੀਕ ਹੈ, ਇਹ ਵੀ ਬੜੀ ਵਧੀਆ ਗੱਲ ਹੈ। ਤੇ ਬਾਕੀ ਹੈ ਕਿ ਸਰ ਤੁਸੀਂ ਕਿੰਨੇ ਤੋਂ ਕਿੰਨੇ ਅਵੇਲੇਬਲ ਹੁੰਦੇ ਹੋ? ਸਰ ਇੱਥੇ ਅਸੀਂ 9 ਤੋਂ ਸ਼ਾਮ ਦੇ 8 ਵਜੇ ਤੱਕ ਅਵੇਲੇਬਲ ਹੁੰਦੇ ਹਾਂ। ਸਰ ਐਡਰੈਸ ਵੀ ਇੱਕ ਵਾਰੀ ਬੋਲ ਕੇ ਦੱਸ ਦਿਓ। ਐਡਰੈਸ ਮੇਰਾ ਹੈਗਾ ਜੀ ਤਰਨ ਤਾਰਨ ਗੋਇੰਦਵਾਲ ਰੋਡ, ਅਪੋਜ਼ਿਟ ਰੰਧਾਵਾ ਡੇਅਰੀ, ਕਲਸੀ ਬੁਲਟ ਰਿਪੇਅਰ ਮੋਡੀਫਿਕੇਸ਼ਨ। ਤੇ ਇਹ ਸਰ ਉਹਨਾਂ ਦਾ ਵੈਸੇ ਕਾਰਡ ਹੈ, ਪ੍ਰੋਪਰ ਮੈਂ ਵਿੱਚ ਪਾ ਰਿਹਾ, ਥੱਲੇ ਤੁਹਾਨੂੰ ਉਹਦੇ ਨੰਬਰ ਵਗੈਰਾ ਸਾਰਾ ਕੁਝ ਮਿਲ ਜਾਣਗੇ। ਤੁਸੀਂ ਇੱਥੇ ਸਰ ਨੂੰ ਕਾਲ ਵੀ ਕਰ ਸਕਦੇ ਹੋ ਤੇ ਤੁਹਾਨੂੰ ਸਾਰਾ ਹੀ ਬੁਲਟਾਂ ਦੇ ਰਿਲੇਟਡ ਕੋਈ ਵੀ ਤੁਹਾਡੀ ਪ੍ਰੋਬਲਮ ਹੋ ਸੋਲੂਸ਼ਨ ਕਰਕੇ ਸਰ ਉਹਨੇ ਦੇ ਦੇਣਗੇ। ਠੀਕ ਹੈ। ਬਾਕੀ ਕਿਸੇ ਦੇ ਕੋਈ ਇਨਕੁਆਇਰੀਜ਼ ਨੇ, ਕਿਸੇ ਦਾ ਕੋਈ ਕੁਐਸਚਨ ਹੈ ਜਾਂ ਕੁਛ ਵੀ, ਤੁਸੀਂ ਬੇਝਿਜਕ ਸਰ ਨੂੰ ਕਾਲ ਕਰ ਲਿਓ, ਤੁਹਾਡਾ ਸਾਰਾ ਇਹ ਦੇਣਗੇ। ਸਰ ਕਾਲ ਵਾਸਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਕਿੰਨੇ ਤੋਂ ਕਿੰਨੇ ਬੰਦਾ ਤੁਹਾਨੂੰ ਕਾਲ ਕਰ ਸਕਦਾ? ਕਾਲ ਇਹ ਆ ਵੀ ਕਾਲ ਤੇ ਬਹੁਤ ਆਉਂਦੀਆਂ, ਕਿਸੇ ਵੇਲੇ ਨਹੀਂ ਵੀ ਚੁੱਕੀਆਂ ਜਾਂਦੀਆਂ। ਠੀਕ ਹੈ। ਤੇ ਕਾਲ ਜਦੋਂ ਵੀ ਕਰਨੀ ਹੈ ਸਵੇਰੇ 10 ਵਜੇ ਤੋਂ ਪਹਿਲਾਂ ਤੇ ਸ਼ਾਮੀ 8 ਵਜੇ ਤੋਂ ਬਾਅਦ। ਠੀਕ ਹੈ ਵੀਰ ਜੀ, ਤੁਹਾਨੂੰ ਕਲੀਅਰ ਕਰਤਾ। ਬਾਕੀ ਹੈ ਕਿ ਕੋਈ ਵੀ ਹੋਰ ਤੁਹਾਡੀ ਕੋਈ ਹੋਵੇ ਤਾਂ ਤੁਸੀਂ ਕਲੀਅਰ ਕਰ ਲਿਓ। ਤੇ ਬਹੁਤ ਵਧੀਆ ਲੱਗਿਆ ਸਰ ਮਿਲ ਕੇ। ਧੰਨਵਾਦ ਸਰ, ਸਾਰਾ ਕੁਝ ਤੁਹਾਡਾ। ਤੇ ਇਹ ਭਾਜੀ ਹੋਣਾ ਦਾ ਹੀ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਕੋਲ ਆਏ ਆ, ਸਾਡੀ ਮਤਲਬ ਇੰਟਰੋਡਕਸ਼ਨ ਕਰਨ ਦੇ ਸਾਡੇ ਕੋਲ। ਨਹੀਂ ਨਹੀਂ ਬਾਈ, ਪਤਾ ਹੀ ਗੱਲ ਆ, ਮੇਰੇ ਵਿਊਵਰਸ ਨੂੰ ਲੋੜ ਪਈ ਰਹਿੰਦੀ ਹੈ ਇਹ ਚੀਜ਼ਾਂ ਦੀ। ਨਹੀਂ ਨਹੀਂ ਕੋਈ ਗੱਲ ਨਹੀਂ, ਤੁਹਾਡਾ ਇਹ ਕੰਮ ਹੈ ਪਰ ਲੋਕਾਂ ਕਈਆਂ ਨੂੰ ਨਹੀਂ ਲੱਭਦਾ। ਹਾਂਜੀ ਹਾਂਜੀ ਹਾਂਜੀ। ਇਸ ਕਰਕੇ ਤੁਸੀਂ ਇਹਨੂੰ ਇੰਸਟਾਗ੍ਰਾਮ ਤੇ ਡੇਲੀ ਅਪਡੇਟ ਲਈ ਫੋਲੋ ਕਰ ਲਿਓ। ਬਾਕੀ ਤੁਹਾਨੂੰ ਕੋਈ ਵੀ ਹੋਰ ਜਿਹੜੀ ਅਪਡੇਸ਼ਨ ਦੇਖਣੀ ਵੀ ਕੀ ਇਹ ਨਵੇਂ ਤਿਆਰ ਕਰ ਰਹੇ, ਕੀ ਚੀਜ਼ਾਂ ਹੋਰ ਚੱਲ ਰਹੀਆਂ ਇਹਨਾਂ ਦੇ ਇੰਸਟਾਗ੍ਰਾਮ ਤੇ ਅਵੇਲੇਬਲ ਨੇ, ਫੇਸਬੁੱਕ, ਯੂਟਿਊਬ ਤੇ ਵੀ ਬਾਈ ਦਾ ਛੋਟਾ ਚੈਨਲ ਹੈਗਾ, ਤੁਸੀਂ ਉੱਥੇ ਵੀ ਇਹਨੂੰ ਫੋਲੋ ਕਰ ਸਕਦੇ ਹੋ, ਕਿਉਂਕਿ ਮੈਂ ਕਦੇ ਕਦੇ ਇਦਾਂ ਦੀਆਂ ਵੀਡੀਓਜ਼ ਬਣਾਉਣਾ ਪਰ ਉੱਥੇ ਜੋ ਨਵਾਂ ਕਰਦੇ ਰੋਜ਼ ਤੁਹਾਨੂੰ ਪਾਉਂਦੇ ਰਹਿੰਦੇ ਨੇ। ਤੇ ਬਾਕੀ ਮੇਰੇ ਰਿਲੇਟਡ ਕਿਸੇ ਦੀ ਕੋਈ ਇਨਕੁਆਇਰੀ ਹੋਵੇ ਤੁਸੀਂ ਮੈਨੂੰ ਵੀ ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਹੋ ਦੇ ਅੰਡਰਸਕੋਰ ਕਰਨ ਦੇ ਨਾਮ ਦੇ ਉੱਤੇ। ਬਾਕੀ ਈਮੇਲ ਕਰ ਸਕਦੇ ਹੋ ਕਿਸੇ ਵੀ ਕੋਲੈਬੋਰੇਸ਼ਨ ਵਾਸਤੇ। ਥੈਂਕ ਯੂ ਸੋ ਮਚ ਫੋਰ ਵਾਚਿੰਗ ਦਿਸ ਵਲੌਗ। ਮਿਲਦੇ ਹਾਂ ਹੋਰ ਨਵੀਂ ਵੀਡੀਓਜ਼ ਲੈ ਕੇ। ਬਾਏ, ਟੇਕ ਕੇਅਰ।